ਪਤਾ ਨਹੀਂ ਕੀ ਗੱਲ ਆ ਅੱਜ ਸਵੇਰ ਦੀ ਨਾ ਮੇਰੀ ਸੱਜੀ ਅੱਖ ਹੀ ਫੜਕੀ ਜਾਂਦੀ ਆ ਰੱਬਾ ਸੋਖੀ ਹੋਵੇ ਕਿਤੇ ਉਤੋਂ ਨਾ ਆਵਾਂਦਾ ਵੀ ਮੰਮੀ ਟੈਨਸ਼ਨ ਨਾ ਲੈ ਕੇ ਇਹ ਗੱਲ ਦੀ ਕਿਉਂ ਛੱਡ ਜਾਏ ਨੂੰ ਇੱਥੇ ਇਹ ਵੀ ਮੇਰਾ ਹੀ ਮੁੰਡਾ ਵਾ ਜੇ ਤੁਹਾਨੂੰ ਮਿਆਣੀ ਨਾ ਚੰਗੀ ਲੱਗਦੀ ਤੇ ਤੁਹਾਨੂੰ ਇਹ ਵੀ ਨਹੀਂ ਚੰਗਾ ਲੱਗਣਾ ਚਾਹੀਦਾ ਹਾਇ ਰੱਬਾ ਮੰਮੀ ਦਾ ਨਵਾਂ ਸੂਟ ਛੜ ਗਿਆ ਵਾ ਜੇ ਮੰਮੀ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਸਵੇਰੇ ਸਵੇਰੇ ਮੈਨੂੰ ਬੋਲਣ ਲੱਗ ਪਣਾ ਵਾ ਚਲ ਐਦਾਂ ਕਰਦੀਆਂ ਇਹਨੂੰ ਸੂਟ ਨੂੰ ਲੁਕਾਈ ਦੇਣੀ ਆ ਕਿਰਨ ਪੁੱਤ हां जी मम्मी जी ਕੀ ਹੋਇਆ ਪਤਕ ਪਰਾਉਣ ਕਿਹੜੀ ਗੱਲੋਂ ਡਈਆਂ ਕੁਝ ਨਹੀਂ ਮੰਮੀ ਜੀ ਉਦਾਂ ਹੀ ਬੱਸ ਹਾਂ ਪਿਛੇ ਹੱਥ ਚ ਗਿੱਲ ਕਾਉਣ ਡਈਆਂ ਤੂੰ ਉਹ ਨਾ ਮੰਮੀ ਜੀ ਤੁਹਾਡਾ ਸੂਟ ਪ੍ਰੈਸ ਕੀਤਾ ਸੀ ਉਹ ਰੱਖਣ ਲਈ ਆ ਮੈਂ ਚੱਲ ਸੂਟ ਪ੍ਰੈਸ ਕੀਤਾ ਤੇ ਚੰਗੀ ਗੱਲ ਆ ਪਰ ਲਗਾਉਣ ਕਿਹੜੀ ਗੱਲੋਂ ਡਈਆਂ ਨਹੀਂ ਨਹੀਂ ਮੰਮੀ ਜੀ ਲਗਾਉਂਦੀ ਨਹੀਂ ਬਸ ਰੱਖਣ ਹੀ ਚੱਲੀ ਹਾਂ ਲਿਆ ਮੈਨੂੰ ਫੜਾ ਮੈਂ ਰੱਖ ਦਿੰਨੀ ਆ ਤੂੰ ਕਰ ਲੈ ਬਾਕੀ ਕੱਪੜੇ ਪ੍ਰੈਸ ਕੋਈ ਗੱਲ ਨਹੀਂ ਮੰਮੀ ਜੀ ਮੈਂ ਰੱਖ ਆਉਣੀ ਆਪੇ ਕੋਈ ਗੱਲ ਨਹੀਂ ਪੁੱਤ ਫੜਾ ਦੇ ਮੈਨੂੰ ਮੈਂ ਰੱਖ ਆਉਣੀ ਆ ਤੂੰ ਜਿੱਦ ਕਿਉਂ ਕਰਨ ਰਹੀ ਆ ਹਾਏ ਰੱਬਾ ਆ ਤੇ ਪੰਗਾ ਹੀ ਪੈ ਗਿਆ ਵਾ ਜੇ ਹੁਣ ਮੈਂ ਮੰਮੀ ਨੂੰ ਸੂਟ ਫੜਾਤਾ ਤੇ ਇਹਨਾਂ ਨੂੰ ਪਤਾ ਲੱਗ ਜਾਣਾ ਵਾ ਕਿ ਮੈਂ ਇਹਨਾਂ ਦਾ ਸੂਟ ਸਾੜਤਾ ਵਾ ਚਲ ਇਦਾਂ ਕਰਦੀ ਆ ਇਕੱਠਾ ਜਾ ਕਰਕੇ ਫੜਾ ਦਿੰਨੀ ਆ ਪੁੱਤ ਕੀ ਸੋਚਣ ਲੱਗ ਪਈਆਂ ਲਿਆ ਫੜਾ ਸੂਟ ਹਾਂਜੀ ਮੰਮੀ ਜੀ ਕਿਰਨੇ ਕਿ ਕਿ ਤਾਈਓ ਸੂਟ ਥੱਲੇ ਸੁੱਟਤਾ ਹੀ ਆ ਸੌਰੀ ਮੰਮੀ ਜੀ ਓਣਾ ਮੇਰੇ ਹੱਥਾਂ ਵਿੱਚ ਤਿਲਕ ਗਿਆ ਮੈਨੂੰ ਲੱਗਾ ਤੁਸੀਂ ਫੜ ਲਿਆ ਵਾ ਚੱਲ ਕੋਈ ਨਹੀਂ ਮੈਂ ਫੜ ਲੈਨੀ ਆ ਲੈ ਪੈ ਗਏ ਪੰਗਾ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਹੋ ਗਈ ਆ ਹੈ ਕਰਨ ਇਹ ਕੀ ਕੀਤਾ ਤਾ ਸੂਟ ਸਾੜਤਾ ਇਹ ਸੇ ਕਰਕੇ ਸੂਟ ਲਗਾਉਣ ਲਈ ਹਵੇ ਮੈਨੂੰ ਪਤਾ ਨਾ ਲੱਗ ਜਾ ਹਾਂਜੀ ਮੰਮੀ ਜੀ ਉਹਨਾਂ ਮਰ ਸੋਇ ਵਿੱਚ ਗੈਸ ਬੰਦ ਕਰਨ ਚਲ ਗਈ ਹਾਂ ਤੇ ਆਉਂਦਿਆਂ ਨੂੰ ਵੇਖਿਆ ਤੁਹਾਡਾ ਪ੍ਰੈਸਨਾ ਸੂਟ ਸੜ ਗਿਆ ਹੀ ਸੌਰੀ ਮੰਮੀ ਜੀ ਮੈਨੂੰ ਪਤਾ ਹੀ ਨਹੀਂ ਲੱਗਾ ਪਤਾ ਨਹੀਂ ਲੱਗਾ ਕਿ ਜਾਂ ਜਾਣਬੁੱਝ ਕੇ ਸਾੜਿਆ ਵਾ ਨਹੀਂ ਨਹੀਂ ਮੰਮੀ ਜੀ ਇਦਾਂ ਦੀ ਕੋਈ ਗੱਲ ਨਹੀਂ ਸੱਚੀ ਮੈਨੂੰ ਪਤਾ ਹੀ ਨਹੀਂ ਲੱਗਾ ਅੱਛਾ ਇਹ ਗੱਲ ਆ ਚਲ ਕੋਈ ਗੱਲ ਨਹੀਂ ਪੁੱਤ ਫਿਰ ਕੀ ਹੋ ਗਿਆ ਜੇ ਸੂਟ ਸੜ ਗਿਆ ਵਾ ਤੇ ਤੂੰ ਕਿਹੜਾ ਜਾਣਬੁੱਝ ਕੇ ਸਾੜਿਆ ਵਾ ਆਪਾਂ ਹੋਰ ਲੈ ਆਵਾਂਗੇ ਨਵਾਂ ਤੂੰ ਟੈਨਸ਼ਨ ਨਾ ਲੈ ਕੇ ਇਹ ਗੱਲ ਦੀ ਮੰਮੀ ਜੀ ਤੁਸੀਂ ਸੱਚੀ ਗੁੱਸਾ ਨਹੀਂ ਕੀਤਾ ਨਾ ਪੁੱਤ ਮੈਂ ਗੁੱਸਾ ਕਿਉਂ ਕਰਨਾ ਹੈਗਾ ਤੂੰ ਅੱਗੇ ਤੋਂ ਧਿਆਨ ਰੱਖੀ ਜੋ ਹੋਣਾ ਹੀ ਉਹ ਹੋ ਗਿਆ ਠੀਕ ਹੈ ਮੰਮੀ ਜੀ ਚੱਲ ਕਰ ਲਾ ਬਾਕੀ ਰਹਿੰਦੇ ਕੱਪੜੇ ਪ੍ਰੈਸ ਠੀਕ ਹੈ ਮੰਮੀ ਜੀ ਵੇਖਾ ਹਾਂ ਇਹ ਦੇ ਵੱਲ ਕੰਮ ਕਰਨ ਦੀ ਮਾਸਾ ਅਕਲ ਨਹੀਂ ਹੈਗੀ ਕਿਦਾਂ ਕੂੜਾ ਪਿੱਛੇ ਛੱਡੀ ਜਾਣ ਲਈ ਆ ਨਿੱਚ ਅਜ ਨਾਲ ਝਾੜੂ ਫੇਰ ਲਾ ਧਿਆਨ ਤੇਰਾ ਕਿੱਥੇ ਆ ਸਾਰਾ ਕੂੜਾ ਪਿੱਛੇ ਛੱਡੀ ਜਾਣ ਨਹੀਂ ਐ ਝਾੜੂ ਤੇ ਆਉਂ ਫੇਰਣ ਦੀ ਜਿੱਦਾਂ ਮੇਰੇ ਸਿਰ ਹਸਾਨ ਕਰਨ ਦੀ ਐ ਮੰਮੀ ਜੇ ਤੈਨੂੰ ਮੇਰਾ ਕੀਤਾ ਕੰਮ ਪਸੰਦ ਨਹੀਂ ਨਾ ਹੁੰਦਾ ਤੇ ਤੁਸੀਂ ਆਪ ਕਰ ਲਿਆ ਕਰੋ ਐਵੇਂ ਨਾ ਸਵੇਰੇ ਸਵੇਰੇ ਮੇਰੇ ਨਾਲ ਬੋਲਣ ਲੱਗ ਪਿਆ ਕਰੋ ਕੋਈ ਦਿਨ ਨਹੀਂ ਤੁਸੀਂ ਲੜਾਈ ਤੋਂ ਬਿਨਾ ਲੰਘਣ ਦਿੰਦੇ ਨਾ ਲੜਾਈ ਤੋਂ ਬਿਨਾ ਮੈਂ ਨਹੀਂ ਦਿਨ ਲੰਘਣ ਦਿੰਦੀ ਕਿ ਤੂੰ ਨਹੀਂ ਲੰਘਣ ਦਿੰਦੀ ਜੇ ਤੈਨੂੰ ਕੰਮ ਕਰਨ ਦੀ ਅਕਲ ਹੋਵੇ ਤੇ ਮੈਂ ਤੈਨੂੰ ਨਾ ਕਵਾਂ ਤੂੰ ਆਪ ਹੀ ਦੱਸ ਦੇ ਕਦੀ ਕੋਈ ਕੰਮ ਚਾਜ ਨਾਲ ਕੀਤਾ ਹੀ ਓ ਜਦੋਂ ਕਰਨੀ ਐ ਨੁਕਸਾਨ ਹੀ ਕਰਨੀ ਐ ਮੰਮੀ ਤੁਸੀਂ 12 ਵਜੇ ਤੱਕ ਤੇ ਆਪ ਨਹੀਂ ਚਾਈ ਛੱਡਦੇ ਤੇ ਗੱਲਾਂ ਤੁਸੀਂ ਮੈਨੂੰ ਕਰੀ ਜਾਂਦੇ ਹੋ ਤੁਸੀਂ ਤਾਂ ਕਿਤੇ ਇੰਨਾ ਨਹੀਂ ਕਹਿੰਦੇ ਕਿ ਕੱਲੀ ਕੰਮ ਕਰਨੀ ਆ ਤੇ ਮੈਂ ਵੀ ਨਾਲ ਕੋਈ ਕੰਮ ਕਰਵਾਦਾ ਤੇ ਗੱਲਾਂਵਾਰੀ ਤੁਸੀਂ ਸ਼ੇਰ ਬਣ ਜਾਂਦੇ ਹੋ ਨੀ ਜੇ ਹੁਣ ਵੀ ਮੈਂ ਉੱਠ ਕੇ ਤੜਕੇ ਕੰਮ ਕਰਨੇ ਆ ਤੇ ਫਿਰ ਤੈਨੂੰ ਕਾਦੇ ਵਾਸਤੇ ਵਿਆਹ ਕੇ ਲਿਆਂਦਾ ਸੀ ਅੱਛਾ ਜਿਵੇਂ ਇਹ ਘਰ ਵਿੱਚ ਵਿਆਹ ਕੇ ਆਈ ਆ ਇਹਦਾ ਮਤਲਬ ਕਿ ਤੁਸੀਂ ਮੈਨੂੰ ਨੌਕਰੀ ਸਮਝ ਲਿਆ ਵਾ ਕਿ ਮੈਂ ਕੰਮ ਵੀ ਕਰਾਂ ਤੇ ਤੁਹਾਡੀਆਂ ਗੱਲਾਂ ਵੀ ਸੁਣਾ ਨੀ ਜੇ ਤੈਨੂੰ ਗੱਲਾਂ ਨਾ ਨਾ ਸੁਣਾਵਾ ਤੇ ਤੂੰ ਦਿਨੋਂ ਦਿਨ ਸਿਰ ਤੇ ਹੀ ਚੜਦੀ ਜਾਵੇਂ બસ ਮੰਮੀ ਮੈਨੂੰ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਆਪ ਪਿਆ ਤੁਹਾਡਾ ਛਾੜੂ ਮੇਰੇ ਕੋਲੋਂ ਨਹੀਂ ਤੁਹਾਡੀਆਂ ਰੋ ਰੋਦੀਆਂ ਗੱਲਾਂ ਸੁਣੀਆਂ ਜਾਂਦੀਆਂ ਆਪ ਤਾਂ ਜਾ ਕੇ ਬਾਹਰ ਬਹਿ ਗਿਆ ਤੇ ਮੈਨੂੰ ਛੱਡ ਗਿਆ ਤੁਹਾਡੀਆਂ ਗੱਲਾਂ ਸੁਣਨ ਵਾਸਤੇ ਮੈਂ ਚੱਲੀ ਆ ਪੇਕੇ ਜਦੋਂ ਤੁਹਾਨੂੰ ਆਪ ਕੰਮ ਕਰਨਾ ਪਿਆ ਨਾ ਫੇਰ ਪਤਾ ਲੱਗੂ ਕਿ ਕਿਵੇਂ ਕਿਸੇ ਨੂੰ ਗੱਲਾਂ ਕਰੀਦੀਆਂ ਵਾ ਜਾ ਜਾ ਤੁਰ ਜਾ ਮੈਂ ਕਿਹੜੇ ਪਹਿਲੂ ਕੰਮ ਨਹੀਂ ਕਦੀ ਕੀਤੇ ਕੀ ਕਰਾਂ ਕੁਝ ਸਮਝ ਨਹੀਂ ਆਉਂਦਿਆ ਜੇ ਪਿੰਡ ਗਈ ਤੇ ਮੰਮੀ ਨੂੰ ਪਤਾ ਲੱਗਾ ਕਿ ਲੜਕੀ ਆਈ ਆ ਤੇ ਉਹਨਾਂ ਨੇ ਮੈਨੂੰ ਹੋਰ ਗੁੱਸੇ ਹੁਣਾ ਵਾ ਮੰਮੀ ਕੀ ਹੋਇਆ ਕੀ ਸਮਝ ਨਹੀਂ ਆਉਂਦਿਆ ਤੁਹਾਨੂੰ ਕੁਝ ਨਹੀਂ ਪੁੱਤ ਐਦਾਂ ਕਰਦੀ ਆ ਕਿ ਪਿੰਡ ਚੱਲ ਜਣੀ ਆ ਪਰ ਮੰਮੀ ਨੂੰ ਨਹੀਂ ਦੱਸਾਂਗੀ ਕਿ ਲੜਕੀ ਆਈ ਆ ਮੈਂ ਫਿਰ ਆਪੇ ਜਦੋਂ ਕੱਲੀ ਨੂੰ ਘਰ ਦਾ ਕੰਮ ਕਰਨਾ ਪਿਆ ਨਾ ਤੇ ਵੇਖੀ ਕਿੱਦਾਂ ਫੋਨ ਲਾਉਂਦੀ ਆ ਕਿ ਆ ਜਾ ਘਰ ਹੁਣ ਨੂਰਪੋਤ ਉੱਠ ਤਿਆਰ ਹੋ ਚੱਲ ਤੇਰੇ ਨਾਲ ਕੇ ਚਲੀਏ ਮੰਮੀ ਨਾਲ ਕੇ ਹਾਂ ਪੁੱਤ ਛੇਤੀ ਉੱਠ ਕੇ ਤਿਆਰ ਹੋ ਜਾ ਨਹੀਂ ਤਾਂ ਬੱਸ ਲੰਘ ਜੂ ਤੁਹਾਡੀ ਕੀ ਗਾ ਮੰਮੀ ਜੀ ਵਿਕਾ ਸ਼ਹਿਰ ਗਿਆ ਵਾ ਚਲ ਮੈਂ ਇਦਾਂ ਕਰਦੀ ਆ ਵੀ ਕਿਹਨੂੰ ਫੋਨ ਲਾ ਕੇ ਆਨੀ ਆ ਵੀ ਤੂੰ ਭੈਣ ਆਪਣੇ ਕੋਲ ਹੋਈ ਆਵੀ ਉਹ ਵੀ ਸ਼ਹਿਰ ਦੇ ਲਾਗੇ ਹੀ ਰਹਿੰਦੀ ਆ ਫੋਨ ਕਿਦਾ ਆ ਗਿਆ ਹੁਣ ਹਾਂ ਮम्मी ਦਾ ਫੋਨ ਹੈਲੋ ਹਾਂਜੀ ਮੰਮੀ ਜੀ ਪੁੱਤ ਸ਼ਹਿਰ ਹੀ ਆਜੇ ਕਿ ਆ ਗਿਆ ਵਾਪਸ ਮੰਮੀ ਨਿਕਲੇ ਆਈਆਂ ਸ਼ਹਿਰੋਂ ਬਾਹਰ ਅਜੇ ਕਿਉਂ ਕੰਮ ਪੈ ਗਿਆ ਕੋਈ ਵੇ ਨਹੀਂ ਪੁੱਤ ਕੰਮ ਨਹੀਂ ਪਿਆ ਕੋਈ ਵੀ ਤੂੰ ਇੱਦਾਂ ਕਰੀ ਸ਼ਹਿਰੋਂ ਮੁੜਦਾ ਆਪਣੀ ਭੈਣ ਕੋਲ ਹੋਵੇਂ ਉਹ ਮੰਮੀ ਫੇਰ ਕਿਹਦੇ ਦਿਨ ਚੱਲ ਜਾਗਾ ਭੈਣ ਕੋਲ ਵੀ ਹੁਣ ਤੁਸੀਂ ਆ ਲੈੰਦੋ ਮੈਨੂੰ ਘਰ ਵੇ ਨਾ ਪੁੱਤ ਜੇ ਉਹਨੂੰ ਪਤਾ ਲੱਗ ਗਿਆ ਨਾ ਵੀਰ ਮੇਰੇ ਲਾਗੋ ਹੋ ਕੇ ਚਲ ਗਿਆ ਵਾ ਤੇ ਆਇਆ ਨੀਗਾ ਫੇਰ ਉਹਨੇ ਗੁੱਸਾ ਕਰਨਾ ਵਾ ਤੇ ਤੂੰ ਹੋਵੇਂ ਉਹਦੇ ਕੋਲੋਂ ਚਲੋ ਠੀਕ ਆ ਫੇਰ ਮੰਮੀ ਜੀ ਹੋਰਨਾ ਵਾ ਚੰਗਾ ਪੁੱਤ ਚੱਲ ਮਣਾ ਹੋਈ ਆ ਭੈਣ ਕੋਲ ਜੇ ਨਾ ਗਿਆ ਤੇ ਫੇਰ ਮੰਮੀ ਨੇ ਘਰ ਜਾ ਕੇ ਬੋਲਣਾ ਪੈਣਾ ਮੰਮੀ ਕਿਦਾ ਫੋਨ ਆਉਂਦਿਆ ਹੈ ਪੁੱਤ ਵਿੱਕੇ ਨੂੰ ਲਾਇਆ ਸੀ ਫੋਨ ਅੱਛਾ ਉਹ ਸ਼ਹਿਰ ਗਿਆ ਸੀ ਤੇ ਮੈਂ ਉਹਨੂੰ ਆਖਿਆ ਸੀ ਵੀ ਤੂੰ ਆਪਣੀ ਭੈਣ ਕੋਲੋਂ ਵੀ ਹੋ ਕੇ ਆਵੇਂ ਨਹੀਂ ਤਾਂ ਉਹਨੇ ਗੁੱਸਾ ਕਰਨਾ ਵੀ ਵੀਰ ਮੇਰੇ ਕੋਲ ਨਹੀਂ ਆਇਆ ਲੱਗ ਉਹ ਕਿ ਚਲ ਗਿਆ ਵਾ ਠੀਕ ਆ ਤੇ ਇਦਾਂ ਕਰੋ ਮੰਮੀ ਮੈਨੂੰ ਰੁਪਈਆ 5000 ਲਿਆ ਕੇ ਦੋ ਹਾਂਦਰੋਂ ਪੁੱਤ ਕੀ ਕੰਮ ਪਿਆ ਗਿਆ ਉਹ ਮੰਮੀ ਕੰਮ ਕੀ ਪੈਣਾ ਸੀ ਪਹਿਲਾਂ ਵੀ ਸਪਰੇਅ ਕੀਤੀ ਸੀ ਕਣਕ ਨੂੰ ਤੇ ਪੱਠਾ ਨਹੀਂ ਛੜਿਆ ਤੇ ਮੈਨੂੰ ਲੱਗਦਾ ਹੁਣ ਸਪਰੇਅ ਦੁਬਾਰਾ ਕਰਨੀ ਪੈਣੀ ਆ ਚਲ ਠੀਕ ਆ ਤੂੰ ਉਹ ਇੱਥੇ ਮੈਂ ਲੈਣ ਨਹੀਂ ਆ ਜਾ ਕੇ ਠੀਕ ਆ ਨੀ ਮੁੰਡੇ ਨੂੰ ਕਿੱਥੇ ਲਾ ਕੇ ਚੱਲੀ ਐ ਕੱਲੀ ਚੱਲ ਜਾ ਜਿੱਥੇ ਜਾਣਾ ਆ ਇਹਨੂੰ ਇੱਥੇ ਹੀ ਛੱਡ ਜਾ ਕਿਉਂ ਛੱਡ ਜਾ ਇਹਨੂੰ ਇੱਥੇ ਇਹ ਵੀ ਮੇਰਾ ਹੀ ਮੁੰਡਾ ਵਾ ਜੇ ਤੁਹਾਨੂੰ ਮੈਣੀ ਨਾ ਚੰਗੀ ਲੱਗਦੀ ਤੇ ਤੁਹਾਨੂੰ ਇਹ ਵੀ ਨਹੀਂ ਚੰਗਾ ਲੱਗਣਾ ਚਾਹੀਦਾ ਨੀ ਕਿਉਂ ਨਹੀਂ ਚੰਗਾ ਲੱਗਣਾ ਚਾਹੀਦਾ ਇਹ ਸਾਡਾ ਆਪਣਾ ਖੂਨ ਆ ਬੱਸ ਮੰਮੀ ਜੀ ਜੇ ਤੁਹਾਡਾ ਇਹ ਆਪਣਾ ਖੂਨ ਆ ਤੁਸੀਂ ਮੈਨੂੰ ਤੇ ਬਗਾਨੀ ਸਮਝੀ ਛੜਿਆ ਨਾ ਪਰ ਇਹ ਪੁੱਤ ਮੇਰਾ ਹੀ ਆ ਤੇ ਮੇਰੇ ਨਾਲ ਹੀ ਜਾਊਗਾ ਚੱਲ ਪੁੱਤ ਚੱਲੀਏ ਜਾਨੀ ਹੈ ਤੇ ਜਾ ਇਹਨੂੰ ਵੀ ਜਾ ਕੇ ਉੱਥੇ ਅਕਲਾਊਗੀ ਕਿੰਨਾ ਕੁ ਚਰਮਾਨੇ ਖਵਾਲਣੀਆਂ ਨੇ ਜੇ ਭੌਂਦੇ ਪੈਰੀ ਮੁੜ ਕੇ ਨਾ ਆਈ ਤੇ ਫੇਰ ਗੱਲ ਕਰੀ ਜਿਸ ਕਰ ਮੇਰੀ ਜਿਤਨੀ ਨਾ ਹੁੰਦੀ ਉੱਥੇ ਹੁਣ ਮੈਂ 1 ਮਿੰਟ ਨਹੀਂ ਰੁਕ ਸਕਦੀ ਕਿੰਨਾ ਟਾਈਮ ਹੋ ਗਿਆ ਆ ਤੇ ਅਜੇ ਤੱਕ ਇਹਦੇ ਧੁੰਦ ਲੱਤਾਂ ਦਾ ਨਾਂ ਨਹੀਂ ਲੈਣ ਰਹੀ ਆ ਲੈ ਪੁੱਤ ਫੜ ਪਏ ਤੇ ਜਾ ਜਾ ਕੇ ਲਿਆਇਆ ਦਵਾਈ ਠੀਕ ਆ ਮੰਮੀ ਜੀ ਪੁੱਤ ਛੇਤੀ ਆ ਜੀ ਪਤਾ ਨਹੀਂ ਮੇਰੇ ਕਿਉਂ ਸਵੇਰ ਦੀ ਸੱਜੀ ਅੱਖ ਫੜਕੀ ਜਾਂ ਰਹੀ ਆ ਉਹ ਮੰਮੀ ਕੁਝ ਨਹੀਂ ਹੁੰਦਾ ਐਵੇਂ ਟੈਨਸ਼ਨ ਨਾ ਲਿਆ ਕਰ ਤੂੰ ਚਲ ਠੀਕ ਆ ਪੁੱਤ ਆਹ ਪਤਾ ਨਹੀਂ ਕੀ ਗੱਲ ਆ ਅੱਜ ਸਵੇਰ ਦੀ ਨਾ ਮੇਰੀ ਸੱਜੀ ਅੱਖ ਹੀ ਫੜਕੀ ਜਾਂਦੀ ਆ ਰੱਬਾ ਸੋਖੀ ਹੋਵੇ ਕਿਤੇ ਉਤੋਂ ਨਾ ਆਉਂਦਾ ਵੀ ਮੰਮੀ ਟੈਨਸ਼ਨ ਨਾ ਲੈ ਕੇ ਇਹ ਗੱਲ ਦੀ ਟੈਨਸ਼ਨ ਲਵਾਂ ਵੀ ਕਿਉਂ ਨਾ ਮੈਂ ਕਿੰਨੇ ਦਿਨ ਹੋ ਗਿਆ ਕੁੜੀ ਦਾ ਫੋਨ ਵੀ ਨਹੀਂ ਆਇਆ ਪਤਾ ਨਹੀਂ ਕਿਹੜੀ ਗੱਲ ਉਹਨੇ ਫੋਨ ਨਹੀਂ ਕੀਤਾ ਚੱਲ ਕੋਈ ਗੱਲ ਨਹੀਂ ਵਿੱਕਾ ਗਿਆ ਹੀ ਆ ਆਪੇ ਖੈਰ ਸੁਖ ਪੁੱਛਾਵੇਗਾ ਉਹਦੀ ਹਾਂ ਇਹ ਨੂਰ ਦਾ मामा ਕਿੱਧਰ ਤੁਰਿਆ ਆਉਂਦਿਆ ਆ ਉਹਦੇ ਪੇਕੇ ਚਲ ਗਈ ਆ ਤੇ ਇਧਰ ਨੂੰ ਤੁਰਿਆ ਆਉਂਦਿਆ ਉਹ ਵੀ ਕੱਲਾ ਹੀ ਸਤਿ ਸ੍ਰੀ ਅਕਾਲ ਮਾਸੀ ਜੀ ਸਤਿ ਸ੍ਰੀ ਅਕਾਲ ਹੋਰ ਸਨਾਂਓ ਸਭ ਠੀਕ ਆ ਹਾਂ ਠੀਕ ਆ ਹੈ ਇਹ ਤੇ ਇਦਾਂ ਬੋਲਣ ਡਿਆ ਆ ਜਿੱਦਾਂ ਇਹਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਹੋਰ ਮਾਸੀ ਜੀ ਮਾਸੜ ਜੀ ਕਿੱਥੇ ਨੇ ਉਹ ਪੈਲੀ ਚ ਗਏ ਨੇ ਠੀਕ ਆ ਪਾਣੀ ਲਿਆਵਾ ਤੇਰੇ ਵਾਸਤੇ ਨਹੀਂ ਨਹੀਂ ਮਾਸੀ ਜੀ ਪਾਣੀ ਨਹੀਂ ਪੀਣਾ ਮੈਂ ਮੈਂ ਤੇ ਸ਼ਹਿਰ ਆਇਆ ਹਾਂ ਕੰਮ ਮੜਾ ਜਾ ਤੇ ਮੈਂ ਸੋਚਿਆ ਵੀ ਚੱਲ ਭੈਣ ਨੂੰ ਮਿਲ ਜਾਣਾ ਵਾ ਜੇ ਉਹਨੂੰ ਬਾਅਦ ਚ ਪਤਾ ਲੱਗਾ ਕਿ ਵੀਰ ਲਾਗੋਂ ਸ਼ਹਿਰੋਂ ਹੋ ਕੇ ਚਲ ਗਿਆ ਤੇ ਐਵੇਂ ਗੁੱਸਾ ਕਰੇਗੀ ਠੀਕ ਆ ਅੱਛਾ ਇਹ ਤਾਂ ਸ਼ਹਿਰੋਂ ਆਉਣ ਡਿਆ ਆ ਇਹਨੂੰ ਤਾਂ ਇਨੀ ਕੀ ਗੱਲ ਦਾ ਪਤਾ ਵੈਯ ਮਾਸੀ ਜੀ ਭੈਣ ਕਿੱਥੇ ਆ ਉਹ ਦੇਖਦੀ ਨਹੀਂ ਕਿਤੇ ਨਾ ਇਹ ਨੂਰ ਲੱਭਦਾ ਕਿਤੇ ਉਹ ਘਰ ਹੈ ਨਹੀਂ ਐ ਉਹਨੇ ਦੱਸਿਆ ਨਹੀਂ ਤੁਹਾਨੂੰ ਕੁਝ ਕੀ ਨਹੀਂ ਦੱਸਿਆ ਮਾਸੀ ਜੀ ਉਹ ਤਾਂ ਪੇਕੇ ਚਲ ਗਈ ਐ ਸਵੇਰ ਦੀ ਪੇਕੇ ਚਲ ਗਈ ਐ ਹਾਂ ਮੈਂ ਤਾਂ ਸੋਚਿਆ ਤੁਹਾਨੂੰ ਪਤਾ ਹੋਣਾ ਆ ਨਹੀਂ ਮਾਸੀ ਜੀ ਭੈਣ ਨੇ ਤੇ ਇੱਕ ਫੋਨ ਕਰਕੇ ਨਹੀਂ ਦੱਸਿਆ ਤੁਹਾਨੂੰ ਕਿ ਮੈਂ ਆਉਣ ਲੱਗੀ ਆ ਚੱਲ ਕੋਈ ਨਹੀਂ ਘਰ ਜਾ ਕੇ ਮਿਲਣੀ ਉਹ ਬੈਗ ਪਰ ਕੇ ਕੱਪੜਿਆਂ ਦਾ ਲੈ ਕੇ ਗਈ ਐ ਉਹਨੇ 4 ਦਿਨ ਰਹਿਣਾ ਹੋਣਾ ਐ ਬੈਗ ਭਰ ਕੇ ਕੱਪੜਿਆਂ ਦਾ ਲੈ ਕੇ ਗਈ ਆ ਕੀ ਗੱਲ ਮਾਸੀ ਜੀ ਸਭ ਸੁਖ શાંત ਤੇ ਹੈਗੀ ਆ ਮੈਨੂੰ ਕੀ ਪੁੱਛਦਾ ਆ ਇਹ ਗੱਲ ਦਾ ਜਵਾਬ ਤੈਨੂੰ ਘਰ ਜਾ ਕੇ ਆਪੇ ਮਿਲ ਹੀ ਜਾਣਾ ਆ ਹੈ ਜਵਾਬ ਘਰ ਜਾ ਕੇ ਮਿਲ ਜਾਣਾ ਸਮਝ ਨਹੀਂ ਲੱਗੀ ਮੈਨੂੰ ਕੋਈ ਇਸ ਗੱਲ ਦੀ ਵਿੱਕੇ ਕੀ ਸੋਚਣ ਲੱਗ ਪਿਆ ਆ ਕੁਝ ਨਹੀਂ ਮਾਸੀ ਜੀ ਚਲੋ ਠੀਕ ਹੈ ਫਿਰ ਮੈਂ ਹੁਣ ਚੱਲਦਾ ਆ ਬਹਿ ਜਾ ਘੋਟ ਚਾਹ ਪੀ ਕੇ ਚਲ ਜੀ ਨਹੀਂ ਨਹੀਂ ਮਾਸੀ ਜੀ ਚਾਹ ਮੈਂ ਫਿਰ ਕਿਹਦੇ ਦਿਨ ਪੀਲਾਂਗਾ ਚਲ ਚੰਗਾ ਮਰਜੀ ਐ ਤੇਰੀ ਭਾਈ ਹੈ ਗੱਲ ਕੀ ਹੋ ਸਕਦੀ ਆ ਭੈਣ ਬੈਗ ਭਰ ਕੇ ਲੈ ਕੇ ਗਈ ਆ ਪਿੰਡ ਉੱਤੋਂ ਮਾਸੀ ਦਾ ਸੁਭਾਅ ਵੀ ਕੁਝ ਬਦਲਿਆ ਬਦਲਿਆ ਜਿਹਾ ਲੱਗਦਾ ਆ ਚੱਕਰ ਪਤਾ ਨਹੀਂ ਕੀ ਆ ਚੱਲ ਵੇਖਦਾ ਆ ਘਰ ਜਾ ਕੇ ਸਮਝ ਨਹੀਂ ਲੱਗ ਰਹੀ ਕੁਝ ਵੀ ਚੱਲ ਜਾ ਘਰ ਆਪੇ ਤੈਨੂੰ ਪਤਾ ਲੱਗ ਜਾਊਗਾ ਤੇਰੀ ਭੈਣ ਦੇ ਕਾਰਨਾਮਿਆਂ ਦਾ ਮੈਨੂੰ ਸੁਖਸ਼ਾਂਤ ਪੁੱਛਦਾ ਹੀ ਮੰਮੀ ਜੀ ਕੀ ਗੱਲ ਤੁਸੀਂ ਬੜੇ ਉਦਾਸ ਬੈਠੇ ਹੋ ਠੀਕ ਤੇ ਹੈਗੀ ਹੋ ਤੁਸੀਂ ਪੁੱਤ ਕੀ ਦੱਸਾਂ ਤੈਨੂੰ ਕਿੰਨੇ ਦਿਨ ਹੋ ਗਏ ਤੇਰੀ ਦੀਦੀ ਦਾ ਫੋਨ ਨਹੀਂ ਆਇਆ ਪਤਾ ਨਹੀਂ ਉਹ ਠੀਕ ਵੀ ਹੈਗੀ ਆ ਕਿ ਨਹੀਂ ਮੇਰਾ ਤਾਂ ਬੜਾ ਹੀ ਮਾਨ ਕਬਰੋਂ ਡਿਆ ਵਾ ਮੰਮੀ ਜੀ ਇਹਦੇ ਵਿੱਚ ਕਬਰੋਂ ਵਾਲੀ ਕਿਹੜੀ ਗੱਲ ਆ ਜੇ ਦੀਦੀ ਦਾ ਫੋਨ ਨਹੀਂ ਆਇਆ ਤੇ ਤੁਸੀਂ ਆ ਫੋਨ ਲਾ ਕੇ ਉਹਨਾਂ ਦਾ ਹਾਲ ਚਾਲ ਪੁੱਛ ਲਓ ਪੁੱਤ ਵਿੱਕਾ ਗਿਆ ਹੀ ਆ ਦੀਦੀ ਤੇਰੀ ਕੋਲ ਅਜੋ ਤਾਂ ਆਪੇ ਉਹਨੇ ਪਤਾ ਲੈ ਆਈ ਆਉਣਾ ਵਾ ਮੰਮੀ ਮੇਰੀ ਸੁਣੋ ਗੱਲ ਵਿੱਕਾ ਆਪਣੀ ਥਾਂ ਤੇ ਆ ਤੇ ਤੁਸੀਂ ਆਪਣੀ ਥਾਂ ਤੇ ਹੋ ਤੁਸੀਂ ਐਦਾਂ ਕਰੋ ਆ ਫੋਨ ਲਾ ਲਓ ਦੀਦੀ ਨੂੰ ਉਹਨਾਂ ਦਾ ਨਹੀਂ ਟਾਈਮ ਲੱਗਾ ਹੋਣਾ ਫੋਨ ਲਾਉਂਦਾ ਚਲ ਠੀਕ ਐ ਪੁੱਤ ਇਦਾਂ ਹੀ ਕਰਦੀ ਆ ਕਿਹਸ ਨੰਬਰ ਤੇ ਤੁਸੀਂ ਕਾਲ ਕਰ ਰਹੇ ਹੋ ਉਹ ਇਸ ਲਈ ਬੰਦ ਏ ਕਿਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਹੈ ਫੋਨ ਨਹੀਂ ਲੱਗਾ ਕੀ ਹੋਇਆ ਮੰਮੀ ਜੀ ਫੋਨ ਨਹੀਂ ਲੱਗਾ ਨਾ ਪੁੱਤ ਸੋਚ ਬੰਦ ਆਉਣ ਡਿਆ ਵਾ ਹੁਣ ਤੇ ਮੇਰਾ ਹੋਰ ਹੀ ਮਾਨ ਘਰੋਂ ਲੱਗ ਪਿਆ ਵਾ ਚਲੋ ਕੋਈ ਗੱਲ ਨਹੀਂ ਮੰਮੀ ਜੀ ਤੂੰ ਹੀ ਥੋੜਾ ਟਾਈਮ ਰੋਕ ਕੇ ਫੋਨ ਲਾ ਲਿਓ ਕੀ ਪਤਾ ਦੀਦੀ ਦੇ ਫੋਨ ਦੀ ਬੈਟਰੀ ਡਾਊਨ ਹੋ ਗਈ ਹੋਏ ਪੋਤੇ ਸਾਰਾ ਕੁਝ ਅੱਜ ਹੀ ਹੋਣਾ ਸੀ ਪਹਿਲਾਂ ਕਦੀ ਤੇ ਇਦਾਂ ਹੋਇਆ ਨਹੀਂ ਕੋਈ ਗੱਲ ਨਹੀਂ ਮੰਮੀ ਜੀ ਤੂੰ ਬਹੁਤਾ ਸੋਚੋ ਨਾ ਕੁਝ ਨਹੀਂ ਹੁੰਦਾ ਸਭ ਕੁਝ ਠੀਕ ਆ ਤੂੰ ਕੁਝ ਦਿਨ ਬਾਅਦ ਰੋਕ ਕੇ ਨਾ ਫੇਰ ਫੋਨ ਲਾ ਲਿਓ ਮੈਂ ਜਾ ਕੇ ਸੋਈ ਚ ਵੇਖਾਂ ਕੋਈ ਕੰਮ ਤਾਂ ਨਹੀਂ ਕਰਨ ਵਾਲਾ ਚਲ ਠੀਕ ਐ ਪੋਤਾ ਕਿਰਨਪੋਤੋ ਸੋਚਾਂ ਕਿਉਂ ਨਾ ਮੈਂ ਕੁਝ ਜਿਹਦੀ ਤੀ ਦਾਈ ਨੇ ਦੇਣਾ ਤੋਂ ਫੋਨ ਨਾ ਆਇਆ ਹੋਵੇ ਅੱਜ ਜੇ ਮੈਂ ਫੋਨ ਲਾਇਆ ਤੇ ਉਹਦਾ ਸੱਚ ਬੰਦ ਆਈ ਜਾਣ ਡਿਆ ਵਾ ਉਹ ਮਾਂ ਸ਼ਾਂਤ ਕਿੱਦਾਂ ਬੈਹ ਸਕਦੀ ਆ ਪਤਾ ਨਹੀਂ ਮੇਰੀ ਧੀ ਕਿਸ ਹਾਲਤ ਚ ਹੋਣੀ ਆ